ਜਦੋਂ ਦੀਵਾਨ ਕੌੜਾ ਮੱਲ ਜੀ ਨੂੰ ਪਤਾ ਲੱਗਾ ਕਿ ਸਿੰਘਾਂ ਕੋਲ ਰਸਤ ਵੀ ਮੁੱਕ ਗਈ ਹੈ, ਤਾਂ ਦੀਵਾਨ ਜੀ ਨੂੰ ਪਤਾ ਲੱਗਾ ਕਿ ਸ਼ਾਹੀ ਖਜ਼ਾਨਾ ਮਾਇਆ ਅਤੇ ਰਸਤਾਂ ਦਾ ਬਹੁਤ ਵੱਡਾ ਜ਼ਖੀਰਾ ਅੱਗੇ ਜੰਮੂ ਵੱਲ ਨੂੰ ਜਾ ਰਿਹਾ। ਦੀਵਾਨ ਜੀ ਸਿੱਖ ਪੰਥ ਦੇ ਬਹੁਤ ਦਿਲੋਂ ਹਮਦਰਦ ਸਨ। ਨਾਮ ਭਾਵੇਂ ਕੌੜਾ ਮੱਲ ਸੀ ਪਰ ਉਹਨਾਂ ਨੂੰ ਮਿੱਠਾ ਮੱਲ ਜੀ ਖਾਲਸਾ ਕਹਿ ਕੇ ਬੁਲਾਉਂਦਾ ਸੀ, ਇੰਨਾ ਉਹਨਾਂ ਦਾ ਸਤਿਕਾਰ ਸਿੰਘ ਕਰਦੇ ਸਨ। ਉਹਨਾਂ ਨੇ ਖਬਰ ਭੇਜੀ ਕਿ ਬਹੁਤ ਵੱਡਾ ਧਨ ਔਰ ਅਨਾਜ ਦਾ ਭੰਡਾਰ ਜ਼ਖੀਰਾ ਜੰਮੂ ਕਸ਼ਮੀਰ ਵੱਲ ਨੂੰ ਜਾ ਰਿਹਾ ਅਤੇ ਇਸ ਰਸਤੇ ਥਣੀ ਤੁਹਾਡੇ ਨੇੜੇ ਦੀ ਗੁਜ਼ਰੇਗਾ। ਤੁਸੀਂ ਸਿੰਘਾਂ ਨੇ ਫਿਰ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਸ ਨੂੰ ਪ੍ਰਾਪਤ ਕਰਨਾ। ਸੋ ਸਿੰਘਾਂ ਨੂੰ ਪਤਾ ਲੱਗਾ, ਸਿੰਘ ਤਾਕ ਵਿੱਚ ਸਨ। ਉਸ ਵਕਤ ਤੋਂ ਸਾਰਾ ਜ਼ਖੀਰਾ ਸਿੰਘਾਂ ਨੇ ਲੁੱਟ ਕੇ ਕਾਨੂੰਬਾਣ ਦੇ ਸ਼ੰਭ ਵਿੱਚ ਲਿਆਂਦਾ। ਕੁਝ ਸਮਾਂ ਨਿਕਲਿਆ, ਸਿੰਘ ਲੜਦੇ ਰਹੇ। ਅਖੀਰ ਲਖਪਤ ਰਾਏ ਦੀ ਜਦੋਂ ਪੇਸ਼ ਨਾ ਗਈ ਤਾਂ ਉਸ ਵਕਤ ਇਸ ਨੇ ਕਾਨੂੰਬਾਣ ਦੇ ਸ਼ੰਭ ਨੂੰ ਚਾਰੇ ਪਾਸਿਆਂ ਤੋਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਔਰ ਇੱਕ ਪਾਸਿਓਂ ਫੌਜ ਅੰਦਰ ਵੜ ਕੇ ਸਿੰਘਾਂ ਨਾਲ ਮੁਕਾਬਲਾ ਕਰਨ ਲੱਗ ਪਈ। ਇੰਨਾ ਭਿਆਨਕ ਯੁੱਧ ਹੋਇਆ, 10,000 ਤੋਂ ਉੱਤੇ ਸਿੰਘ ਸ਼ਹੀਦ ਹੋਏ। 3,000 ਸਿੰਘਾਂ ਨੂੰ ਫੜ ਕੇ ਲਖਪਤ ਰਾਏ ਲਾਹੌਰ ਲੈ ਗਿਆ ਔਰ ਅੱਜ ਦੇ ਦਿਨ 3,000 ਸਿੰਘਾਂ ਨੂੰ ਨਖਾਸ ਚੌਂਕ ਵਿੱਚ ਭਾਵ ਕੱਲ੍ਹ ਦੇ ਦਿਨ 17 ਮਈ 1746 ਨੂੰ 3,000 ਸਿੰਘਾਂ ਨੂੰ ਸ਼ਹੀਦ ਕੀਤਾ। ਲਗਭਗ 10 ਤੋਂ 15,000 ਦੇ ਵਿੱਚ ਕਾਨੂੰਬਾਣ ਦੇ ਛੋਟੇ ਘੱਲੂਘਾਰੇ ਦੌਰਾਨ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਔਰ ਅੱਗੋਂ ਇਹਨੇ ਪਹਾੜੀ ਜਿਹੜੇ ਰਾਜੇ ਸਨ ਉਹਨਾਂ ਨੂੰ ਵੀ ਚਿੱਠੀਆਂ ਦੇ ਕੇ ਇਹ ਖਾਸ ਹੁਕਮ ਕਰ ਦਿੱਤਾ ਕਿ ਤੁਸੀਂ ਸਿੰਘਾਂ ਨੂੰ ਪਨਾਹ ਨਹੀਂ ਦੇਣੀ, ਜੇ ਕੋਈ ਸਿੰਘਾਂ ਨੂੰ ਪਨਾਹ ਦੇਵੇਗਾ ਤਾਂ ਸਾਡਾ ਦੁਸ਼ਮਣ ਹੋਏਗਾ। ਉਹ ਬੇਈਮਾਨ ਪਹਾੜੀ ਰਿਆਸਤਾਂ ਦੇ ਰਾਜੇ ਉੱਧਰ ਨੂੰ ਚੜ੍ਹਨਾ ਸੀ ਸਿੰਘਾਂ ਨੇ ਕਠੂਆ ਅਤੇ ਪਠਾਨਕੋਟ ਵੱਲ ਦੀ ਉੱਪਰ ਨੂੰ, ਉਹ ਵੀ ਖਾਲਸੇ ਦੇ ਦੁਸ਼ਮਣ ਬਣ ਗਏ। ਜਿੰਨੇ ਕੁ ਸਿੰਘ ਬਚੇ 5-4 ਹਜ਼ਾਰ ਦੀ ਗਿਣਤੀ ਦੱਸਦੇ ਹੈ। ਸਰਦਾਰ ਜੱਸਾ ਸਿੰਘ ਆਲੂਵਾਲੀਆ ਵੀ ਬੜੇ ਭਿਆਨਕ ਫੱਟੜ ਹੋ ਚੁੱਕੇ ਹੈ। ਨਵਾਬ ਕਪੂਰ ਸਿੰਘ ਜੀ, ਜੱਸਾ ਸਿੰਘ ਜੀ ਆਲੂਵਾਲੀਆ, ਇਹ ਸਿੰਘ ਫਿਰ ਜਿੱਧਰ ਨੂੰ ਰਸਤਾ ਮਿਲਿਆ ਉੱਧਰ ਨੂੰ ਤੁਰੇ, ਰਾਵੀ ਦਰਿਆ ਪਾਰ ਕਰਕੇ ਜਦੋਂ ਮਾਲਵੇ ਵੱਲ ਨੂੰ ਚੱਲੇ ਬਚਾਅ ਵਾਸਤੇ, ਰਸਤੇ ਵਿੱਚ ਸਾਧ ਸਿੰਘ ਜੀ ਰਾਵੀ ਟੱਪ ਕੇ ਜਦੋਂ ਅੱਗੇ ਤੁਰੇ ਤਾਂ ਮਾਰੂਥਲ ਰੇਤਾ ਅੱਜ ਕੱਲ੍ਹ ਦੇ ਦਿਨ ਸਨ, ਉਹ ਮਾਨੋ ਭੱਠੀ ਦਾ ਭੁੱਜਦਾ ਹੋਇਆ ਬਾਲੂ ਬਣ ਚੁੱਕਾ ਸੀ ਰੇਤ। ਔਰ ਸਿੰਘ ਕਦਮ ਰੱਖਦੇ ਹੈ, ਪੈਰ ਸੜਦੇ ਹੈ, ਛਾਲੇ ਪੈ ਰਹੇ ਹੈ ਔਰ ਪਾਣੀ ਪੀਣ ਨੂੰ ਕਿਤੋਂ ਮਿਲਦਾ ਨਹੀਂ ਹੈ। ਆਪਣੇ ਚੋਲੇ ਪਾੜ ਪਾੜ ਕੇ ਪੈਰਾਂ ਵਿੱਚ ਬੰਨ੍ਹ ਕੇ ਜਿਹੜਾ ਕੋਈ ਕਮਜ਼ੋਰ ਸਿੰਘ ਹੈ, ਬਜ਼ੁਰਗ ਹੈ, ਉਸ ਨੂੰ ਘੋੜੇ 'ਤੇ ਬਿਠਾਉਂਦੇ ਹੈ। ਘੋੜੇ ਵੀ ਇੰਨੇ ਲਿੱਸੇ ਹੋ ਗਏ, ਇੱਕ ਸਿੰਘ ਪਿੱਛੋਂ ਧੱਕਦਾ, ਦੂਜਾ ਅੱਗੋਂ ਖਿੱਚ ਕੇ, ਉਹ ਰੇਤਲੇ ਟਿੱਬਿਆਂ ਨੂੰ ਪਾਰ ਕਰਕੇ ਹੌਲੀ ਹੌਲੀ ਖਾਲਸਾ ਮਾਲਵੇ ਦੇ ਇਲਾਕੇ ਵਿੱਚ ਪੁੱਜਿਆ ਔਰ ਮਾਲਵੇ ਦੇ ਸਿੱਖਾਂ ਨੇ ਫਿਰ ਸਿੰਘਾਂ ਦੀ ਸਾਂਭ ਸੰਭਾਲ ਕੀਤੀ, ਬਹੁਤ ਸੇਵਾ ਕੀਤੀ। 16 ਸਾਲ ਬਾਅਦ ਫਿਰ ਵੱਡਾ ਘੱਲੂਘਾਰਾ ਵਾਪਰਿਆ। ਉਦੋਂ ਤੱਕ 30-35 ਹਜ਼ਾਰ ਖਾਲਸਾ ਤਿਆਰ ਹੋ ਚੁੱਕਾ ਸੀ। ਫਿਰ ਵੱਡੇ ਘੱਲੂਘਾਰੇ ਵਿੱਚ 30,000 ਤੋਂ ਉੱਤੇ ਸਿੰਘਾਂ ਦੀ ਫਿਰ ਸ਼ਹੀਦੀ ਹੋਈ। ਸੋ ਕੱਲ੍ਹ ਭਾਈ ਛੋਟਾ ਘੱਲੂਘਾਰਾ ਮਨਾਇਆ ਗਿਆ। ਛੋਟੇ ਘੱਲੂਘਾਰੇ ਦਾ ਬੜਾ ਅਖਾਣ ਸੁੰਦਰ ਪੁਰਾਤਨ ਸਿੰਘਾਂ ਦੇ ਮੁੱਖ ਤੋਂ ਹੈ। ਦੇਖੋ ਕਿੰਨੀ ਮੁਸੀਬਤ ਹੈ,
ਅਤੇ ਕਿੰਨੇ ਹਾਸ ਬਿਲਾਸ ਵਿੱਚ ਸਿੰਘਾਂ ਨੇ ਦਿਨ ਕੱਟੇ। ਕਹਿੰਦੇ ਜਦੋਂ ਉਹ ਛੋਟੇ ਜਿਹੇ ਘੋੜੇ ਨੂੰ ਸਿੰਘ ਧੱਕਦੇ ਇੱਕ ਅੱਗੋਂ ਖਿੱਚਦਾ, ਸਿੰਘਾਂ ਨੇ ਕਹਿਣਾ ਸਾਡੇ ਸਤਿਗੁਰਾਂ ਨੇ ਬਖਸ਼ਿਆ ਇੱਕ ਟੱਟੂ, ਅੱਗੋਂ ਖਿੱਚੀਏ ਪਿੱਛੋਂ ਧੱਕੀਏ ਦੀ। ਲੋਕ ਕਹਿਣ ਦੋ ਸਵਾਰ ਜਾਂਦੇ, ਅਸੀਂ ਦਿਨ ਬਿਪਤਾ ਦੇ ਕੱਟੀਏ ਦੀ। ਦੇਖੋ ਖਾਲਸਾ ਕਦੇ ਵੀ ਸਾਧ ਸੰਗਤ ਦੀ ਉਦਾਸੀ ਵਿੱਚ ਨਹੀਂ ਗਿਆ, ਗਮਗੀਨਤਾ ਦੇ ਸਮੁੰਦਰ ਵਿੱਚ ਨਹੀਂ ਗਿਆ। ਮੁਸੀਬਤਾਂ ਵਿੱਚ ਵੀ ਖਾਲਸਾ ਦੁੱਖਾਂ ਨੂੰ ਮਜ਼ਾਕ ਸਮਝ ਕੇ, ਦੁੱਖਾਂ ਨੂੰ ਸੰਕਟਾਂ ਨੂੰ ਅੱਗੇ ਲੰਘ ਕੇ ਫਿਰ ਖਾਲਸਾ ਚੜ੍ਹਦੀ ਕਲਾ ਵੱਲ ਨੂੰ ਤੁਰਿਆ। ਇਹ ਸਤਿਗੁਰੂ ਜੀ ਨੇ ਖਾਲਸੇ ਨੂੰ ਉੱਚਤਾ, ਵਡਿਆਈਆਂ, ਮਹਾਨ ਸ਼ੂਰ ਵੀਰਤਾ, ਹੌਂਸਲੇ, ਧੀਰਜ ਬਖਸ਼ੇ ਹੋਏ ਸਨ, ਜਿਹਦੀ ਬਦੌਲਤ ਖਾਲਸੇ ਨੇ ਇਸ ਧਰਤੀ ਤੋਂ ਜ਼ੁਲਮ ਦਾ ਨਾਮੋ ਨਿਸ਼ਾਨ ਮਿਟਾਇਆ। ਸੋ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ।